ਲਈ ਇੱਕ ਡੋਲ ਵਾਲਾ ਦੇ ਗਾੜੇ ਦੂਜਾ ਤਿਆਰ ਹੋ ਗਿਆ ਬਾਹਰ ਤੋਂ ਨਾ ਪਿੱਛੇ ਥੋੜਾ ਬਹੁਤ ਜ਼ਿਆਦਾ ਨੰਗ ਹੈ ਪਿੱਛੇ ਮਤਲਬ ਮੈਂ ਵੀ ਜੇ ਤੂੰ ਮੁਸੀ ਆਵਾਜ਼ ਘੱਟ ਕਰ ਦਈਏ ਨਹੀਂ ਤਾਂ ਇਹਨੇ ਸਾਡੀ ਘੱਟ ਕਰ ਦੇਣੀ ਆ ਓਕੇ ਇੱਥੋਂ ਇਹ ਟੈਟ ਕਟਾਉਣੀ ਆ ਬਸ ਆਹ ਟੈਟ ਆ ਹੁਣ 70 ਕਿਲੋਮੀਟਰ ਤੱਕ ਜਾਂ 50 ਕਿਲੋਮੀਟਰ ਤੱਕ ਤੁਹਾਨੂੰ ਅੱਗੇ ਜਾ ਕੇ ਇੱਕ ਟੂਲ ਪਰ ਲਿਆ ਫਿਰ ਆਉਣਾ ਉੱਥੇ ਪੈਸੇ ਦੇਣੇ ਹੁੰਦੇ ਆ ਉੱਥੇ ਪੈਸੇ ਤੁਹਾਨੂੰ ਮੈਂ ਵੀ ਸੇਮ ਹੀ ਪੈਸੇ ਆਉਣਗੇ ਅਤੇ ਮੈਂ ਵੀ ਜਾਂ ਘੱਟ ਵੱਧ ਹੋਣਗੇ ਪਤਾ ਨਹੀਂ ਮੈਨੂੰ ਆਪਾਂ ਕਿਸੇ ਦੇਖਦੇ ਹਾਂ ਬਾਕੀ ਟਾਈਮ ਹੋ ਚੁੱਕਿਆ ਆ 3 ਵੱਜ ਚੁੱਕੇ 3:30 ਹੋ ਚੁੱਕੇ ਆ ਅਤੇ 5 ਵਜੇ ਦਾ ਟਾਈਮ ਆ ਉੱਥੇ ਤੱਕ ਪਹੁੰਚ ਜਾਣਾ ਮੈਂ ਹੋਟਲ ਹਾਲ ਤੱਕ ਕਨਫਰਮ ਨਹੀਂ ਹੋਇਆ ਮੈਨੂੰ ਲੱਗਦਾ ਗੱਡੀ 'ਚ ਆਉਣਾ ਪੈਣਾ ਅਤੇ ਬਾਕੀ ਉੱਥੇ ਜਾ ਕੇ ਪਤਾ ਲੱਗਣਾ ਕੀ ਕਰਨਾ ਕੀ ਨਹੀਂ ਯਾਰ ਅਤੇ ਹਾਲੇ ਤਾਂ ਕੁਛ ਨਹੀਂ ਆ ਮੈਂ 2-3 ਹੁਣ ਵੀ ਫੋਨ ਲਾ ਕੇ ਅੜਿਆ ਪਰ ਹੁਣ ਤਾਂ ਬਿਲਕੁਲ ਨਹੀਂ ਚੱਕਦੇ ਪਏ ਅਤੇ ਅੱਗੇ ਵੀ ਚੱਕ ਰਹੇ ਸੀ ਮੈਂ ਕਿਹਾ ਸ਼ਾਇਦ ਹੁਣ ਚੱਕ ਲੈਣਗੇ ਬਟ ਨਹੀਂ ਕਿਉਂਕਿ ਹੋਟਲ ਤੁਹਾਨੂੰ ਪਤਾ ਕਰੋਨਾ ਕਰਕੇ ਸੀਟ ਘੱਟ ਕਰ ਲਈਏ ਕੱਪੂ ਵੀ ਪੀਂਦੇ ਹਾਂ ਕਿਉਂਕਿ ਆਵਾਜ਼ ਵੀ ਹੋਰ ਤਰ੍ਹਾਂ ਚੇਂਜ ਹੋਣ ਲੱਗ ਪਈ ਪਤਾ ਨਹੀਂ ਕਿਉਂ ਗਾਣੇ ਗਾਉਣੇ ਆਉਂਦੇ ਆ ਨਾਲ ਗਾਣੇ ਸਿੱਧੂ ਮੂਸੇਵਾਲੇ ਦੇ ਲੱਗੇ ਆ ਨਾਲ ਯੂਨੋ ਸੁਰ ਨਾਲ ਸੁਰ ਮਨਾਉਣਾ ਪੈਂਦਾ ਸਿੱਧੂ ਨਾਲ ਇਕੱਲੇ ਨਹੀਂ ਗਾਉਂਦਾ ਮੈਂ ਚੰਗਾ ਲੱਗਦਾ ਕਿ ਉਹ ਇਕੱਲਾ ਗਾ ਰਿਹਾ ਇਸ ਕਰਕੇ ਮੈਨੂੰ ਪੂਰਾ ਹੌਸਲਾ ਵਧਾਉਣਾ ਪੈਂਦਾ ਉਹਦਾ ਅਤੇ ਪੈਟਰੋਲ ਪੰਪ 'ਤੇ ਰੁਕੇ ਹਾਂ ਆਲਮੋਸਟ 4 ਵੱਜ ਚੁੱਕੇ ਆ 15 ਮਿੰਟ ਰਹਿ ਗਏ 4 ਵਜੇ 'ਚ ਅਤੇ ਇੱਕ ਗੱਡੀ ਤੇਲ ਪਵਾ ਰਹੀ ਮੈਂ ਕਿਹਾ ਤੇਲ ਉੱਥੇ ਜਾ ਕੇ ਸਾਈਡ 'ਤੇ ਲਾਵਾਂ ਅਤੇ ਪੈਟਰੋਲ ਪੰਪ 'ਤੇ ਰੁਕੇ ਆ ਅਤੇ ਓਪਨ ਹੈਗਾ ਬਟ ਇੱਥੇ ਅੰਦਰ ਜਾ ਨਹੀਂ ਸਕਦੇ ਕੌਫੀ ਤੁਹਾਨੂੰ ਬਾਹਰ ਹੀ ਮਿਲੂਗੀ ਮੇਰਾ ਨਾ ਸ਼ਾਇਦ ਕੌਫੀ ਹੈਗਾ ਓਪਸ਼ਨ ਦਾ ਇਸ ਸਾਈਡ 'ਤੇ ਬਾਥਰੂਮ ਆ ਬਾਕੀ ਹਵਾ ਬਹੁਤ ਚੱਲਦੀ ਪਈ ਬਾਹਰ ਬਹੁਤ ਤੇਜ਼ ਹਵਾ ਚੱਲਦੀ ਪਈ ਆ ਜਦੋਂ ਆਪਾਂ ਗੱਡੀ ਲੈਂਦੇ ਤੁਹਾਨੂੰ ਪਤਾ ਲੱਗ ਜਾਂਦਾ ਹਾਂ ਵੀ ਗੱਡੀ ਜਿਹਨੂੰ ਮਾੜੀ ਮੋਟੀ ਗੱਡੀ ਡੋਲਦੀ ਆ ਇੰਨੀ ਵੀ ਨਹੀਂ ਕਿਹੜੀ ਜਿਹਾ ਮਹਿਸੂਸ ਹੋ ਜਾਂਦਾ ਯਾਰ ਹਵਾ ਹਾਂ ਵੀ ਚੱਲਦੀ ਪਈ ਆ ਨੋਰਮਲ ਆ ਅਤੇ ਫਾਈਨਲੀ ਯਾਰ ਤਾਰਾਗੁਣ ਆ ਚੁੱਕੇ ਹਾਂ ਗੱਡੀ ਪਾਰਕਿੰਗ ਲਾ ਦਿੱਤੀ ਆ ਅਤੇ ਇਸ ਕਰਕੇ ਕਿਉਂਕਿ ਸਾਨੂੰ ਪੁਲਿਸ ਨੇ ਰੋਕ ਦਿੱਤਾ ਕਹਿੰਦੇ ਅੱਗੇ ਜਾ ਨਹੀਂ ਸਕਦੇ ਤੁਹਾਨੂੰ ਤਿੰਨੇ ਕਿ ਬੋਲਵੇ ਇਹ ਬਾਈ ਨੂੰ ਇੱਦਾਂ ਹੈ ਨਾ ਤੁਹਾਨੂੰ ਬਾਅਦ ਵੀ ਦੱਸਾਂਗੇ ਕੀ ਗੱਲ ਹੋਈ ਆ ਅਤੇ ਬਾਕੀ ਦੇਖਦੇ ਹਾਂ ਬਾਕੀ ਹੁਣ ਖੜ੍ਹੇ ਟਾਈਮ ਹੋਟਲ ਲੱਭਿਆ ਹੋਟਲ ਦੇ ਅੱਧੇ ਘੰਟੇ ਵਿੱਚ ਕਹਿੰਦੇ ਅਸੀਂ ਐਂਟਰੀ ਕਰ ਸਕਦੇ ਹਾਂ ਨਹੀਂ ਤਾਂ ਬੰਦ ਹੋ ਜਾਣਾ ਹੋਟਲ ਇਸ ਕਰਕੇ ਹੁਣ ਜਾਣਾ ਪੈਣਾ ਆ ਬਾਕੀ ਹੁਣ ਦੇਖਦਾ ਹੋਟਲ ਕਿੰਨਾ ਲਿਆ ਕੀ ਹਿਸਾਬ ਕਿਤਾਬ ਅੱਗੇ ਆ ਗਿਆ ਫਾਈਨਲੀ ਕਮਰੇ 'ਚ ਆ ਚੁੱਕੇ ਹਾਂ ਅਤੇ ਹੋਟਲ ਲੈ ਲਿਆ ਖੜ੍ਹੇ ਟਾਈਮ ਗੱਲ ਬਹੁਤ ਵੱਡੀ ਹੋਈ ਹੈ ਗੱਲ ਇੱਦਾਂ ਹੋਈ ਕਿ ਸਾਨੂੰ ਹੈ ਨਾ ਜੀ ਪੈਟਰੋਲ ਪੰਪ 'ਤੇ ਮੈਂ ਰੁਕਿਆ ਤੇਲ ਪਵਾਉਣ ਦੇ ਨਹੀਂ ਕਾਫੀ ਪੀਣ ਦੇ ਅਤੇ ਕਾਫੀ ਪੀਣ ਦੇ ਜਦੋਂ ਮੈਂ ਰੁਕਿਆ ਅਤੇ ਮੈਨੂੰ ਪੁਲਿਸ ਵਾਲੇ ਪਿੱਛੇ ਗੱਡੀ ਆ ਗਈ ਅਤੇ ਮੈਂ ਉਹਨੂੰ ਪੁੱਛਣਾ ਪਿਆ ਕੀ ਆ ਵੀ ਕਿਉਂ ਚੱਲਾਂ ਆ ਅਤੇ ਜਿਹੜਾ ਮੈਂ ਆਪਣੇ ਰੀਜਨ ਲੈ ਕੇ ਆਇਆ ਸੀ ਉਹ ਕਹਿੰਦਾ ਇਹ ਕਿਸ਼ਤ ਨਹੀਂ ਕਰਦਾ ਮਤਲਬ ਇਹ ਕੋਈ ਇੱਦਾਂ ਤਗੜਾ ਨਹੀਂ ਤੇਰਾ ਰੀਜਨ ਹੈ ਨਾ ਕਿ ਇਸ ਕਰਕੇ ਤੂੰ ਚੱਲਾਂ ਆ ਤੂੰ ਕਾਨੂੰਨ ਦੀ ਲੰਘਿਆ ਕਰਦਾ ਪਿਆ ਆ ਅਤੇ ਉਹ ਕਹਿੰਦੇ ਤੂੰ ਜਾ ਸਕਦਾ ਤਾਂ ਵਾਪਸ ਚੱਲ ਜਾ ਨਹੀਂ ਤਾਂ ਫਿਰ ਮੂੰਹ ਤਾਂ ਹੋਊਗਾ ਨਾ ਜਿੱਦਾਂ ਨਹੀਂ ਤਾਂ ਫਿਰ ਜੇ ਤੂੰ ਲੰਘਿਆ ਕਰੂੰਗਾ ਹੋਰ ਮੈਂ ਕਿਹਾ ਫਿਰ ਮੂੰਹ ਨਹੀਂ ਮੈਂ ਕਿਹਾ ਮੈਂ ਵਾਪਸ ਚੱਲ ਜਾਣਾ ਅਤੇ ਪਰ ਮੈਂ ਤਾਰਾਗੁਨਾ ਤੋਂ ਲੰਘ ਗਿਆ ਸੀ ਇਸ ਕਰਕੇ ਫਿਰ ਮੈਨੂੰ ਮੈਂ ਸੋਚਿਆ ਮੈਂ ਕਿਹਾ ਚੱਲ ਮੈਂ ਵਾਪਸ ਚੱਲ ਜਾਂਦਾ ਹੁਣ ਮੈਂ ਕਹਿ ਕੇ ਆਇਆ ਅਤੇ ਮੈਂ ਕਿਹਾ ਚੱਲ ਠੀਕ ਹੈ ਮੈਂ ਵਾਪਸ ਚੱਲ ਜਾਣਾ ਅਤੇ ਇਸ ਕਰਕੇ ਮੈਂ ਵਾਪਸ ਆ ਰਿਹਾ ਫਿਰ ਮੈਂ ਸੋਚਿਆ ਮੈਂ ਤਾਰਾਗੁਨਾ ਰੈਸਟ ਕਰ ਲੈਣਾ ਅੱਜ ਸੌਂ ਜਾਣਾ ਅਤੇ ਕੱਲ੍ਹ ਸਵੇਰੇ ਚੱਲ ਜੂੰਗਾ ਕਿਉਂਕਿ ਇਹ ਚੱਕਰ ਪਿਆ ਸੀ ਨਾ ਇੱਕ ਗਲਤੀ ਮੇਰੀ ਇਹ ਵੀ ਸੀ ਕਿ 10 ਵਜੇ ਤੋਂ ਲੈ ਕੇ ਆਪਣੇ ਟੀਵੀ ਵਾਲੀ ਘੱਟ ਕਰ ਦੂੰਗਾ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਵਾਪਸ ਚੱਲ ਜਾ ਅਤੇ ਇਸ ਕਰਕੇ ਮੈਂ ਵਾਪਸ ਜਦੋਂ ਆਇਆ ਮੈਂ ਥੱਕਿਆ ਬਹੁਤ ਸੀ ਯਾਰ ਮੈਂ ਤੁਹਾਨੂੰ ਪਤਾ ਗੱਡੀ ਕੰਮ ਤੋਂ ਆਇਆ ਸੀਗਾ ਚਲਾਉਣ ਲੱਗ ਪਿਆ ਗੱਡੀ ਇਸ ਕਰਕੇ ਮੈਨੂੰ ਜਿੱਥੇ ਮੈਂ ਜਾਣਾ ਤੁਹਾਨੂੰ ਦਿਖਾਈ ਸੀ ਸਭ ਤੋਂ ਪਹਿਲਾਂ ਜਗ੍ਹਾ ਪਹਿਲੇ ਬਲੋਗ 'ਚ ਅਤੇ ਉਹ ਇਸ ਕਰਕੇ ਉਹ ਮੈਂ ਜਾ ਨਹੀਂ ਸਕਦਾ ਉਹ ਜਗ੍ਹਾ 'ਤੇ ਉਹ ਇਸ ਕਰਕੇ ਕਿਉਂਕਿ ਮੈਨੂੰ ਮੁਲਤ ਹੀ ਸਕਦਾ ਜੁਰਮਾਨਾ ਚੰਗਾ ਹੋਊਗਾ ਅਤੇ ਦੂਜੀ ਗੱਲ ਜਿਹੜੀ ਮੈਂ ਕਰਨ ਲੱਗਾ ਸੀ ਆਪਾਂ 11 ਵਜੇ ਤੋਂ 10 ਵਜੇ ਤੋਂ ਲੈ ਕੇ 6 ਤੱਕ ਰਾਤ ਨੂੰ ਨਿਕਲ ਨਹੀਂ ਸਕਦੇ ਬਾਹਰ ਆਪਾਂ ਕਿਤੇ ਵੀ ਇਸ ਕਰਕੇ ਉਹ ਵੀ ਚੱਕਰ ਵੀ ਸੀ ਨਾ ਉਹ ਵੀ ਉਹ ਕਹਿੰਦੇ ਮੈਂ ਕਿਹਾ ਮੈਂ ਤਾਂ ਕੰਮ ਤੋਂ ਨਿਕਲ ਲਿਆ ਪਰ ਕਹਿੰਦਾ ਨਹੀਂ ਯਾਨੀ ਕਿ ਤੂੰ ਕੰਮ ਤੋਂ ਨਿਕਲਣ ਤੋਂ ਮੈਂ ਤਾਂ 6 ਤੋਂ ਬਾਅਦ ਜਾ ਸਕਦਾ ਹਾਂ ਮਤਲਬ ਜੇ ਤੈਨੂੰ ਜ਼ਿਆਦਾ ਜ਼ਰੂਰੀ ਆ ਬਟ 10 ਵਜੇ ਤੋਂ ਲੈ ਕੇ 6 ਤੱਕ ਵਿੱਚ ਨਹੀਂ ਜਾ ਸਕਦਾ
ਇਸ ਕਰਕੇ ਬੋਏ ਨੋ ਨੋਲੇਜ ਸੀ ਕਿ ਤੈਨੂੰ ਗਿਆ ਸੀ ਪਤਾ ਨਹੀਂ ਹੁਣ ਕੀ ਕਰਨਾ ਕੀ ਨਹੀਂ ਅਤੇ ਅੱਜ ਤੈਨੂੰ ਤਾਂ ਤੁਹਾਨੂੰ ਸਵੇਰ ਨੂੰ ਉੱਠਦੇ ਹਾਂ ਟਾਈਮ ਨਾਲ ਅਤੇ ਖੜ੍ਹੇ ਟਾਈਮ ਹੋਟਲ ਮਿਲਿਆ ਮੈਂ ਕਿੰਨੇ 5-6 ਹੋਟਲ ਨੂੰ ਫੋਨ ਕੀਤਾ ਜਿਹੜੇ ਮਹਿੰਗੇ ਸੀ ਉਹ ਕਹਿੰਦੇ ਤੁਹਾਨੂੰ ਇੰਨੇ ਪੈਸੇ ਜੇ ਖੜ੍ਹੇ ਟਾਈਮ ਕਰਨਾ ਇੰਨੇ ਇੰਨੇ ਅਤੇ ਅਮਾ ਜਿਹੜਾ ਹੋਟਲ ਹੈ 52 ਲੱਗੇ ਆ ਇਹ ਹੋਟਲ ਦੇ ਅਤੇ ਉਹ ਤਾਂ ਲੱਗੇ ਉਹ ਤਾਂ ਹੈਗਾ 48,000 ਦਾ ਸਸਤਾ ਦੇ ਨਾਲੇ ਟਿਕਾਊ ਤਾਂ ਦਿਖਾਉਣਾ ਕਿੱਦਾਂ ਕਿੰਨੇ ਕਿੰਨਾ ਵਧੀਆ ਆ ਨਾਲ ਕਿੱਥੇ ਤੁਹਾਨੂੰ ਹੋਸਟਲ ਇਹ ਹੋਸਟਲ ਕਹੀਏ ਨਾ ਹੋਟਲ ਪਊਗਾ ਬੈੱਡ ਮਿਲੇ ਆ ਤੁਹਾਨੂੰ ਦਿਖਾਉਣਾ ਇਹ ਬਾਅਦ ਵਿਊ ਦੇਣਾ ਕਿ ਕੀ ਘੈਂਟ ਵਿੱਚ ਚੀਜ਼ਾਂ ਮੈਨੂੰ ਮਿਲੀਆਂ ਅਤੇ ਇਸ ਕਰਕੇ ਮੈਨੂੰ ਰੁਕਣਾ ਪਿਆ ਕਈ ਲੋਕ ਹੁਣ ਕਹਿਣਗੇ ਕਿ ਕਿਉਂ ਨਹੀਂ ਗਿਆ ਤਾਂ ਹੈ ਨਾ ਇਸ ਕਰਕੇ ਮੈਂ ਹੁਣ ਜਾ ਨਹੀਂ ਸਕਦਾ ਪੂਰਾ ਕੰਮ ਮਿਸ਼ਨ ਕੰਪਲੀਟ ਨਹੀਂ ਹੋਣਾ ਕਿਉਂਕਿ ਮੈਂ ਹੁਣ ਜਦੋਂ ਅਗਲੀ ਵਾਰ ਜਾਊਂਗਾ ਤਾਂ ਫਿਰ ਦੇਖਾਂਗੇ ਜੇ ਅਗਲੀ ਤੱਕ ਮੈਂ ਪਹੁੰਚ ਸਕਿਆ ਉੱਥੇ ਤੱਕ ਬਟ ਹਾਲੇ ਤੱਕ ਨਹੀਂ ਪਹੁੰਚ ਸਕਦਾ ਇਸ ਕਰਕੇ ਮੈਨੂੰ ਤੁਹਾਨੂੰ ਤਾਰਾ ਗੋਨਾ ਦਿਖਾਊਂਗਾ ਸਾਰਾ ਕਿੱਥੇ ਕਿੱਥੇ ਕੀ ਕੀ ਚੀਜ਼ ਮੈਂ ਦੇਖਿਆ ਹੁਣ ਸਰਚ ਕਰਦਾ ਅਤੇ ਕੋਈ ਵਧੀਆ ਚੀਜ਼ ਜਿਹੜੀ ਮੈਂ ਸਵੇਰ ਉੱਠ ਕੇ ਦਿਖਾ ਸਕਾਂ ਹਾਂ ਮੈਂ ਹੋਟਲ ਦੀ ਗੱਲ ਕਰਦਾ ਸੀ ਕਿੰਨੇ ਵਜੇ ਲੱਗੇ ਉੱਦਾਂ ਹੋਟਲ ਹੈਗਾ 48,000 ਜੇ ਮੈਂ ਹੁਣ ਐਂਟਰੀ ਕਰਦਾ 12 ਵਜੇ ਤੱਕ ਮੈਨੂੰ ਚੈੱਕ ਆਊਟ ਕਰਨਾ ਪੈਣਾ ਸੀ ਇਸ ਕਰਕੇ 5,000 ਐਕਸਟਰਾ ਦਿੱਤੇ ਆ ਮੈਂ ਉਹ ਮੈਂ 3 ਵਜੇ 'ਚ ਹੁਣ ਮੈਂ ਕਿਹਾ 3 ਵਜੇ ਤੱਕ ਮੈਂ ਬਾਹਰ ਜਾ ਸਕਦਾ ਕਿਉਂਕਿ ਨੀਂਦ ਪੂਰੀ ਹੋ ਜੂਗੀ ਨਾਲ ਮੈਂ ਫਰੈਸ਼ ਹੋ ਜੂੰਗਾ ਕੱਪੜੇ ਚੇਂਜ ਕਰ ਲੂੰਗਾ ਇਸ ਕਰਕੇ ਅਤੇ ਨਾਲ ਮੈਂ ਕੋਈ ਜਗ੍ਹਾ ਵੀ ਦੇਖ ਲੂੰਗਾ ਖਾ ਪੀ ਲੂੰਗਾ ਅਤੇ ਉਹ ਕਹਿੰਦਾ ਕੋਈ 5,000 ਤੁਹਾਨੂੰ ਐਕਸਟਰਾ ਦੇਣੇ ਪੈਣੇ ਆ ਇਸ ਕਰਕੇ 52,000 ਲੱਗੇ ਮੇਰੇ ਤਾਂ ਮੈਂ ਲਿੰਕ ਪਾ ਦੂੰਗਾ ਅਤੇ ਜਿਹੜੇ ਆਉਣਾ ਚਾਹੁੰਦੇ ਆ ਸਭ ਤੋਂ ਸਸਤਾ ਆ ਇਸ ਟਾਈਮ 'ਤੇ ਮੈਂ ਕਹੂੰਗਾ ਇਸ ਟਾਈਮ 'ਤੇ ਨਹੀਂ ਮੇਰੇ ਸਾਹਮਣੇ ਹੈ ਹੀ ਸਸਤਾ ਆ ਮਤਲਬ ਵਧੀਆ ਰੂਮ ਆ ਨਾਲੇ ਰੂਮ 'ਚ ਸਾਰੀਆਂ ਜੋ ਚੀਜ਼ਾਂ ਆਪਣੀ ਚਾਹੀਦੀਆਂ ਮਹਿੰਗੇ ਵਾਲੇ 'ਚ ਉਹ ਸਸਤੇ 'ਚ ਮਹਿ ਰਹੀ ਅਤੇ ਆਪਾਂ ਨੂੰ ਕੀ ਹੋਰ ਕੀ ਚਾਹੀਦਾ ਹੈ ਨਾ ਯਾਰ ਟੀ ਵੀ ਆ ਵਿਫੀ ਆ ਬੈੱਡ ਵਧੀਆ ਆ ਬਾਥਰੂਮ ਆ ਸਾਰਾ ਕੁਛ ਹੈਗਾ ਫਰਿੱਜ ਛੋਟੀ ਆ ਲੱਲਾ ਪਾਪਾ ਆਪਣੇ ਬਹੁਤ ਆ ਬਹੁਤ ਕੁਛ ਚੀਜ਼ਾਂ ਮੈਂ ਦਿਖਾਉਣਾ ਆਪਾਂ ਵਿਊ ਦਿੰਦਾ ਕਮਰੇ ਦਾ ਵੀ ਸਾਰੇ ਪਾਸੇ ਸ਼ੀਸ਼ੇ ਲੱਗੇ ਇੱਧਰ ਐਂਡ ਸਫਾਈ ਵੀ ਦੇ ਸਕਦੇ ਕਿ ਨਹੀਂ ਸਫਾਈ ਕੀਤੀ ਹੋਈ ਇਹਨਾਂ ਨੇ ਅਤੇ ਇੱਧਰ ਦਾਸ ਹੋਣੀ ਅਤੇ ਯੂਨੋ ਇੱਧਰ ਤੋਲੀਏ ਆਪਣੇ ਸਾਰਾ ਕੁਛ ਸਿਸਟਮ ਇੱਧਰ ਐਂਡ ਸਫਾਈ ਪੂਰੀ ਕੀਤੀ ਹੋਈ ਯਾਰ ਇਹਨਾਂ ਨੇ ਘੈਂਟ ਚੀਜ਼ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਅਤੇ ਵਾਸ਼ਰੂਮ ਆਪਣਾ ਨਹਾਉਣ ਨਹਾਉਣ ਸ਼ਾਵਰ ਨਵਾਂ ਸਭ ਸੈੱਟ ਆ ਯਾਰ ਐਂਡ ਵਧੀਆ ਸਫਾਈ ਕੀਤੀ ਆ ਬਾਕੀ ਤਾਂ ਮੈਂ ਇੱਧਰ ਦਿਖਾਉਣਾ ਬਾਕੀ ਆ ਗਈ ਫਰਿੱਜ ਅਤੇ ਇਹਦੇ ਵਿੱਚ ਠੰਡੀ ਠੰਡੀ ਚੀਜ਼ ਰੱਖ ਸਕਦੇ ਹਾਂ ਬਾਕੀ ਉਹ ਟੀ ਵੀ ਦਾ ਰਿਮੋਟ ਪਿਆ ਆ ਬਾਕੀ ਸ਼ੂ ਆ ਕੁਰਸੀ ਆ ਇੱਧਰ ਇੱਦਾਂ ਦਾ ਵਿਊ ਆ ਹਾਲੇ ਤਾਂ ਰਾਤ ਪਈ ਬਾਕੀ ਸਵੇਰ ਨੂੰ ਦੇਖਾਂਗੇ ਕਿੱਦਾਂ ਦਾ ਵਿਊ ਰੁਕੀ ਹਾਂ ਇੱਕ ਇੱਥੇ ਰੂਮ ਆ ਇਹ ਬੈੱਡਰੂਮ ਆ ਅਤੇ ਇੱਕ ਆ ਅਤੇ ਇੱਕ ਇੱਧਰ ਬੈੱਡ ਹੈਗਾ ਪੂਰਾ ਪੂਰਾ ਇੰਤਜ਼ਾਮ ਕੀਤਾ ਜੀ ਉਹਨਾਂ 2 ਬੰਦੇ ਇੱਥੇ ਬਹਿ ਸਕਦੇ ਮੇਰੇ ਹਿਸਾਬ ਨਾਲ 4 ਹੀ ਆ ਸਕਦੇ 4-3 ਇੱਥੇ ਬੰਦੇ ਇੱਕ ਆ ਸਕਦੇ ਆ ਅਤੇ ਬਾਕੀ ਇੱਕ ਏ ਸੀ ਲੱਗਾ ਆ ਬਾਕੀ ਲਾਈਟਾਂ ਇੱਕ ਟੀ ਵੀ ਲੱਗਾ ਆ ਬੀਫੀ 'ਤੇ ਕਨੈਕਟ ਕਰ ਸਕਦੇ ਹਾਂ ਬਾਕੀ ਉਹ ਬੁਰਸ਼ ਅਤੇ ਮੇਰਾ ਸਮਾਨ ਪਿਆ ਅਟੈਚੀ ਅਤੇ ਸਾਰਾ ਕੁਛ ਲਾਈਟਾਂ ਟਾਈਮ ਜੋ ਵੀ ਹੈਗਾ ਸਰਾਣੇ ਆ ਯੂਨੋ ਸਭ ਕੁਛ ਵਧੀਆ ਸਵੇਰ ਨੂੰ ਨੀਂਦ ਬਹੁਤ ਆਈ ਆ ਥੱਕ ਬਹੁਤ ਹੋਇਆ ਸਵੇਰ ਦਿਨ ਬਾਅਦ ਗੱਡੀ ਚਲਾਈ ਜਾਂਦੇ ਹਾਂ ਅਤੇ ਅੱਛਾ ਮੂਡ ਤਾਂ ਥੋੜ੍ਹਾ ਖਰਾਬ ਹੋ ਗਿਆ ਅਤੇ ਪਤਾ ਨਹੀਂ ਹੁਣ ਹੈ ਨਾ ਅਤੇ ਜਿੱਥੇ ਜਾਣਾ ਸੀ ਉੱਥੇ ਜਾਣ ਨਹੀਂ ਸਕਿਆ ਮੈਂ ਮੈਨੂੰ ਵਾਪਸ ਜਾਣਾ ਪੈਣਾ ਆ ਹੁਣ ਕੱਲ੍ਹ ਸਵੇਰ ਨੂੰ ਕੱਲ੍ਹ ਸਵੇਰ ਨੂੰ ਤੁਰਪੂੰਗਾ ਇੱਥੋਂ ਦੇਖਦਾ ਨਹੀਂ ਤਾਂ ਕੱਲ੍ਹ ਰਹੂੰਗਾ ਨਹੀਂ ਤਾਂ ਐਤਵਾਰ ਨੂੰ ਮੈਂ ਜਾਊਂਗਾ ਕੱਲ੍ਹ ਸ਼ਨੀਵਾਰ ਅੱਜ ਸ਼ਨੀਵਾਰ ਹੋ ਗਿਆ ਦਿਨ ਚੜ੍ਹ ਗਿਆ ਆ ਜਾਂ ਅੱਜ ਮੈਂ ਪੂਰਾ ਦਿਨ ਘੁੰਮੂੰਗਾ ਨਹੀਂ ਤਾਂ ਮੈਨੂੰ ਜਾਣਾ ਪੈਣਾ ਵਾਪਸ ਦੇਖਦੇ ਹਾਂ ਬਾਕੀ ਸਵੇਰ ਨੂੰ ਡਿਪੈਂਡ ਕਰਦਾ ਮੂਡ 'ਤੇ ਬਾਕੀ ਹੁਣ ਸੋਂਦੇ ਹਾਂ ਨਾ ਰਾਤ ਬਹੁਤ ਹੋ ਚੁੱਕੀ ਆ ਮਿਲਦੇ ਹਾਂ ਸਵੇਰ ਨੂੰ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਅਤੇ ਪਲੀਜ਼ ਹੌਸਲਾ ਵਧਾਇਆ ਕਰੋ ਇੱਦਾਂ ਬੰਦੇ ਨੂੰ ਜੋਸ਼ ਚੜ੍ਹਦਾ ਹਾਂ ਵੀ ਮੈਂ ਹੋਰ ਵੀਡੀਓ ਕਰਾਂ ਨਹੀਂ ਤਾਂ ਆਪਾਂ ਲੋਕਡਾਊਨ ਸਹੀ ਹੋ ਜਾਵੇ ਫਿਰ ਆਪਾਂ ਘੈਂਟ ਘੈਂਟ ਹੋਰ ਤੁਹਾਨੂੰ ਚੀਜ਼ਾਂ ਦਿਖਾਵਾਂਗੇ।